ਲੰਗਰ ਯਾਨੀ ਖਾਣਾ ਖਿਲਾਣਾ, ਇਸ ਕਰਕੇ ਸਿੱਖ ਮਜ਼ਹਬ ਵਿੱਚ ਬਹੁਤ ਹੀ ਅਹਿਮੀਅਤ ਰੱਖਦਾ ਹੈ, ਕਿਉਂਕਿ ਇਸ ਦਾ ਤਾਲੁਕ ਬਾਬਾ ਜੀ ਦੇ ਫਰਮਾਨ ਨਾਲ ਹੈ। ਵੰਡ ਛਕੋ, ਵੰਡ ਛਕੋ ਦਾ ਮਤਲਬ ਹੈ ਕਿ ਆਪਣੀ ਕਮਾਈ ਵਿੱਚੋਂ ਦੂਜਿਆਂ 'ਤੇ ਖਰਚ ਕਰੋ, ਵੰਡ ਕੇ ਛਕੋ। ਗੁਰੂ ਜੀ ਨੇ ਖੁਦ ਵੀ ਸਾਰੀ ਜ਼ਿੰਦਗੀ ਵੰਡ ਛਕੋ 'ਤੇ ਅਮਲ ਕੀਤਾ। ਬਾਬਾ ਜੀ ਦੇ ਇਸ ਲੰਗਰ ਦੀ ਖਾਸ ਗੱਲ ਇਹ ਹੈ ਕਿ ਇੱਥੇ ਰੰਗ, ਨਸਲ, ਮਜ਼ਹਬ ਦੀ ਕੋਈ ਤਕਸੀਮ ਨਹੀਂ। ਹਰ ਕੋਈ ਚਾਹੇ ਉਹ ਕਿਸੇ ਵੀ ਮਜ਼ਹਬ, ਇਲਾਕੇ, ਜ਼ੁਬਾਨ ਜਾਂ ਰੰਗ ਨਾਲ ਤਾਲੁਕ ਰੱਖਦਾ ਹੋਵੇ, ਆਪਣਾ ਪੇਟ ਭਰ ਕੇ ਉੱਠ ਸਕਦਾ ਹੈ। ਇਸ ਲੰਗਰਖਾਨੇ ਦਾ ਰਕਬਾ ਲਗਭਗ 28,140 ਮੁਰੱਬਾ ਫੀਟ ਹੈ, ਜਿੱਥੇ ਇੱਕ ਵਕਤ ਦੇ ਵਿੱਚ ਲਗਭਗ 2,000 ਅਫਰਾਦ ਬੈਠ ਕੇ ਲੰਗਰ ਖਾ ਸਕਦੇ ਨੇ। ਲੰਗਰਖਾਨੇ ਦਾ ਹਰ ਕੋਈ ਇਹਤਰਾਮ ਕਰਦਾ ਹੈ। ਲੰਗਰਖਾਨੇ ਦੇ ਕਵਾਇਦ ਓ ਜ਼ਵਾਬਤ ਯਾਨੀ ਮਰਿਆਦਾ ਜਗ੍ਹਾ ਜਗ੍ਹਾ 'ਤੇ ਲਿਖੇ ਗਏ ਨੇ। ਲੰਗਰਖਾਨੇ ਵਿੱਚ ਬੈਠਣ ਲਈ ਚਟਾਈਆਂ ਵਿਛਾਈਆਂ ਜਾਂਦੀਆਂ ਨੇ। ਇੱਥੇ ਹਰ ਖਾਸੋ ਆਮ ਪੰਗਤ ਬਣ ਕੇ ਲੰਗਰ ਨੋਸ਼ ਕਰਦਾ ਹੈ। ਲੰਗਰਖਾਨੇ ਵਿੱਚ ਸਾਫ ਸੁਥਰੇ ਬਰਤਨਾਂ ਵਿੱਚ ਲੰਗਰ ਵਰਤਾਇਆ ਜਾਂਦਾ ਹੈ। ਲੰਗਰ ਦੀ ਪਕਾਈ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਲੰਗਰ ਦੀ ਪਕਾਈ ਵਿੱਚ ਸਬਜ਼ੀਆਂ ਅਤੇ ਦਾਲਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਤਾਂ ਕਿ ਹਰ ਤਬਕੇ ਅਤੇ ਮਜ਼ਹਬ ਨਾਲ ਤਾਲੁਕ ਰੱਖਣ ਵਾਲੇ ਅਫਰਾਦ ਬਆਸਾਨੀ ਲੰਗਰ ਛਕ ਸਕਣ। ਇਸ ਲੰਗਰ ਦੀ ਖੂਬਸੂਰਤੀ ਵਿੱਚ ਜਿਹੜੀ ਚੀਜ਼ ਸਭ ਤੋਂ ਵੱਧ ਕੇ ਇਜ਼ਾਫਾ ਕਰਦੀ ਹੈ, ਉਹ ਇਸ ਲੰਗਰਖਾਨੇ ਦਾ ਇੰਤਜ਼ਾਮ ਦਾ ਤਰੀਕਾ ਯਾਨੀ ਮਰਿਆਦਾ ਹੈ। ਇੱਥੇ ਲੰਗਰ ਦੀ ਪਕਾਈ ਤੋਂ ਲੈ ਕਰਕੇ ਲੰਗਰ ਦੀ ਤਕਸੀਮ ਤੱਕ ਹਰ ਇੱਕ ਮਰਹਲੇ ਵਿੱਚ ਕੰਮ ਕਰਨ ਵਾਲੇ ਲੋਕ ਬੇਲੌਸ ਖਿਦਮਤ ਕਰਦੇ ਨੇ। ਇਸ ਨੂੰ ਸੇਵਾ ਕਿਹਾ ਜਾਂਦਾ ਹੈ। ਇਸ ਕੰਮ ਦਾ ਕੋਈ ਮੁਆਵਜ਼ਾ ਨਹੀਂ ਲੈਂਦਾ, ਸਿਰਫ ਖਿਦਮਤ ਦਾ ਜਜ਼ਬਾ ਹੀ ਸਭ ਦਾ ਮਕਸਦ ਹੈ। ਲੰਗਰ ਦੀ ਪਕਾਈ, ਤਕਸੀਮ ਤੋਂ ਲੈ ਕਰਕੇ ਲੰਗਰਖਾਨੇ ਦੀ ਸਫਾਈ, ਬਰਤਨਾਂ ਦੀ ਧੁਲਾਈ ਤੱਕ ਹਰ ਕੰਮ ਨੂੰ ਸਵਾਬ ਦੀ ਨੀਅਤ ਨਾਲ ਕੀਤਾ ਜਾਂਦਾ ਹੈ। ਆਮ ਦਿਨਾਂ ਤੋਂ ਇਲਾਵਾ ਵੀ ਖਾਸ ਦਿਨਾਂ ਵਿੱਚ 24 ਘੰਟੇ ਲੰਗਰਖਾਨਾ ਖੁੱਲ੍ਹਿਆ ਰਹਿੰਦਾ ਹੈ। ਗੁਰਦੁਆਰਾ ਸਾਹਿਬ ਵਿੱਚ ਜਿੱਥੇ ਲਾਇਬ੍ਰੇਰੀ ਹੁੰਦੀ ਹੈ, ਲੰਗਰ ਹਾਲ ਹੁੰਦਾ ਹੈ, ਕੀਰਤਨ ਸ਼੍ਰਵਣ ਹੁੰਦਾ ਹੈ, ਉੱਥੇ ਸਰੋਵਰ ਵੀ ਜ਼ਰੂਰੀ ਹੁੰਦਾ ਹੈ।
ਕਿਉਂਕਿ ਸਿੱਖ ਧਰਮ ਦੇ ਵਿੱਚ ਆਪਣੀ ਸਫਾਈ ਦਾ ਖਿਆਲ ਰੱਖਣਾ ਈਮਾਨ ਦਾ ਹਿੱਸਾ ਸਮਝਿਆ ਜਾਂਦਾ ਹੈ। ਇਸੇ ਕਰਕੇ ਦੁਨੀਆ ਦੇ ਹਰ ਇੱਕ ਗੁਰਦੁਆਰੇ ਵਿੱਚ ਸਰੋਵਰ ਲਾਜ਼ਮੀ ਹੁੰਦਾ ਹੈ। ਸਰੋਵਰ ਕਿਉਂਕਿ ਅੱਜ ਤੋਂ 300-400 ਸਾਲ ਪਹਿਲੇ, ਕਿਉਂਕਿ ਵਾਸ਼ਰੂਮ ਦਾ ਕੋਨਸੈਪਟ ਨਹੀਂ ਹੁੰਦਾ ਸੀ, ਸੰਗਤਾਂ ਦੂਰ ਦੁਰਾਡੇ ਤੋਂ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਬਿਲਕੁਲ ਫਰੈਸ਼ ਹੋ ਕੇ ਸਫਾਈ ਦਾ ਖਿਆਲ ਰੱਖ ਕੇ ਗੁਰੂ ਘਰਾਂ ਦੇ ਵਿੱਚ ਜਾਂਦੇ ਸੀ। ਅਸੀਂ ਵੀ ਅੱਜ ਕਿਉਂਕਿ ਸਰੋਵਰ ਦੇ ਵਿੱਚ ਮੌਜੂਦ ਹਾਂ, ਅਸੀਂ ਵੀ ਹੁਣ ਇੱਥੇ ਫਰੈਸ਼ ਹੋਵਾਂਗੇ, ਇਸ਼ਨਾਨ ਪਾਣੀ ਕਰਾਂਗੇ ਔਰ ਫਿਰ ਸੰਧਿਆ ਦੇ ਦੀਵਾਨ ਦੇ ਵਿੱਚ ਸ਼ਾਮਿਲ ਹੋਵਾਂਗੇ। ਕਿਉਂਕਿ ਇੱਥੇ ਸ਼ਾਮ ਪੈ ਚੁੱਕੀ ਹੈ, ਇੱਥੇ ਸ਼ਾਮ ਦਾ ਨਜ਼ਾਰਾ ਵੀ ਬਹੁਤ ਖੂਬਸੂਰਤ ਹੈ। ਤੁਸੀਂ ਗੁਰੂ ਘਰ ਦੇ ਸ਼ਾਮ ਦਾ ਨਜ਼ਾਰਾ ਵੇਖੋ, ਅਸੀਂ ਇਸ਼ਨਾਨ ਕਰਕੇ ਸੰਧਿਆ ਦੇ ਦੀਵਾਨ ਦੇ ਵਿੱਚ ਤੁਹਾਡੇ ਨਾਲ ਫਿਰ ਮਿਲਦੇ ਹਾਂ।